ਪੰਜਾਬ ਵਿੱਚ ਦੇਖਿਆ ਜਾਵੇ ਤਾਂ ਅੱਜ ਕੱਲ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਪਲਾਇਨ ਹੋ ਰਹੀ ਹੈ ਔਰ ਪਿੰਡ ਦੇ ਪਿੰਡ ਖਾਲੀ ਹੋ ਰਿਹਾ ਇੱਕ ਬਹੁਤ ਗੰਭੀਰ ਮੁੱਦਾ ਹੈ ਔਰ ਖਾਸ ਤੌਰ ਤੇ ਨਾ ਤਾਂ ਇਸ ਤੇ ਲਈ ਕੋਈ ਸਰਕਾਰਾਂ ਸੋਚਦੀਆਂ ਨੇ ਸੂਬਾ ਪਧਰੀ ਨਾ ਹੀ ਕੇਂਦਰ ਦੀਆਂ ਸਰਕਾਰਾਂ ਇਸ ਬਾਰੇ ਸੋਚਦੀਆਂ ਨੇ ਹਾਲਾਤ ਅਜਿਹੇ ਨੇ ਕਿ ਪੰਜਾਬ ਦਾ ਦੇ ਵਿੱਚ ਜੋ ਪੰਜਾਬ ਦੀ ਬਜ਼ੁਰਗ ਪੀੜੀ ਹੈ ਉਹ ਪਿੰਡਾਂ ਦੇ ਵਿੱਚ ਇਕੱਲੀ ਰਹਿ ਰਹੀ ਹੈ ਅਤੇ ਖਾਸ ਤੌਰ ਤੇ ਉਹਨਾਂ ਦੀ ਸਾਰੀ ਨੌਜਵਾਨ ਪੀੜੀ ਬਾਹਰ ਜਾ ਚੁੱਕੀ ਹੈ ਇਸ ਵੇਲੇ ਇਹਨਾਂ ਸਥਿਤੀਆਂ ਦੇ ਵਿੱਚ ਜੇ ਕਿਸੇ ਕੋਲ ਪੈਸਾ ਹੈ ਜਾਂ ਨਹੀਂ ਹੈ ਉਹ ਵੀ ਮਾਇਨੇ ਨਹੀਂ ਰੱਖਦਾ ਮਾਇਨੇ ਇਹ ਰੱਖਦਾ ਹੈ ਕਿ ਕਿਸ ਤਰ੍ਹਾਂ ਬੱਚਾ ਉਸਦਾ ਬਾਹਰ ਚਲ ਜਾਏ ਅੱਜ ਅਸੀਂ ਖੜੇ ਹਾਂ ਪਿੰਡ ਸਰਹਾਲੀ ਦੇ ਵਿੱਚ ਸਰਹਾਲੀ ਉਹ ਪਿੰਡ ਹੈ ਦੱਸਣਾ ਚਾਹਾਂਗੇ ਕਿ ਇੱਥੇ ਬਾਹਰ ਜਾਣ ਦਾ ਰੁਝਾਨ ਬਹੁਤ ਪੁਰਾਣਾ ਹੈ ਤੇ ਜੇ ਦੇਖਿਆ ਜਾਵੇ ਲਗਭਗ 60-65 ਸਾਲ ਪਹਿਲਾਂ ਇਸ ਪਿੰਡ ਤੋਂ ਲੋਕ ਬਾਹਰ ਜਾਣੇ ਸ਼ੁਰੂ ਹੋਏ ਅਤੇ ਸ਼ੁਰੂਆਤੀ ਦੌਰ ਵਿੱਚ ਇੰਗਲੈਂਡ ਤੇ ਉਸ ਤੋਂ ਬਾਅਦ ਕਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਅੱਜ ਅਸੀਂ ਇਹਨਾਂ ਤੋਂ ਪੁੱਛਦੇ ਹਾਂ ਕਿ ਇਸ ਵੇਲੇ ਕੀ ਹਾਲਾਤ ਨੇ ਵਰਤਮਾਨ ਸਥਿਤੀਆਂ ਕਿਸ ਤਰ੍ਹਾਂ ਦੀਆਂ ਨੇ ਤੇ ਕਿਉਂ ਲੋਕ ਬਾਹਰ ਜਾ ਰਹੇ ਨੇ ਅਤੇ ਜੇ ਬਾਹਰ ਜਾ ਰਹੇ ਨੇ ਤੇ ਇੱਥੇ ਜਿਹੜੀ ਬਜ਼ੁਰਗ ਪੀੜ੍ਹੀ ਹੈ ਉਹਨਾਂ ਦਾ ਕੀ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਸੇਵਾਮੁਕਤ ਐਸਟੀਓ ਹਰਪਜਨ ਸਿੰਘ ਨੇ ਕੀ ਕਹਿਣਾ ਚਾਹੋ ਕਿ ਪਿੰਡ ਤੇ ਪਿੰਡ ਖਾਲੀ ਹੋ ਰਿਹਾ ਹੈ ਇਸ ਤੋਂ ਮੇਰੀ ਬੇਨਤੀ ਹੈ ਵੀ ਨੌਕਰੀਆਂ ਜਿਹੜੀਆਂ ਮਮਲਾਜ਼ਮਾਂ ਨੂੰ ਮਿਲਦੀਆਂ ਨੇ ਗਵਰਨਮੈਂਟਾਂ ਅੱਖੇ ਹੌਲੇ ਕਰ ਦਿੰਦੇ ਆਪਣੇ ਉਹਨਾਂ ਫੰਡ ਵਧਾਉਣ ਨੂੰ ਤਾਂ ਉਹਨਾਂ ਕੋ ਪੈਸੇ ਹੈਗੇ ਆ ਪਰ ਲੋਕਾਂ ਨੇ ਕਹਿੰਦੇ ਖਜ਼ਾਨਾ ਖਾਲੀ ਆ ਜਿੰਨੇ ਬੱਚੇ ਬਾਹਰ ਜਾ ਰਹੇ ਆ ਨੌਕਰੀ ਨਾ ਮਿਲਣ ਕਰਕੇ ਜਾ ਰਹੇ ਜਾਂ ਜਿਹੜੇ ਇੱਥੇ ਰਹਿ ਜਾਂਦੇ ਨੇ ਜਿਨ੍ਹਾਂ ਕੋ ਪੈਸਾ ਨਹੀਂ ਕਰਾਇਆ ਲਾਉਣ ਲਈ ਵੀ ਉਹ ਨਸ਼ਿਆਂ ਵਿੱਚ ਤੁਰ ਜਾਂਦੇ ਆ ਉਹ ਕਈ ਜਗ੍ਹਾ ਇਹ ਗੱਲ ਵੀ ਸੁਣੀ ਆ ਮਾਪਿਆਂ ਨੂੰ ਤੰਗ ਕਰਕੇ ਫੇ ਪੈਸੇ ਲੈਂਦੇ ਆ ਨਸ਼ੇ ਕਰਦੇ ਨਸ਼ੇ ਛੱਡਦੇ ਨਹੀਂ ਜਿਹੜਾ ਤੁਸੀਂ ਤੁਸੀਂ ਇਹ ਉਮਰ ਦੇ ਉਸ ਪੜਾਅ ਦੇ ਵਿੱਚ ਜਿੱਥੇ ਨਾ ਬੰਦੇ ਨੂੰ ਬਹੁਤ ਲੋਡ ਹੁੰਦੀ ਆ ਤੁਹਾਡੇ ਵਰਗੇ ਹੋਰ ਸਾਡੇ ਮਿੱਤਰ ਹੋਣਗੇ ਜਿਨ੍ਹਾਂ ਦੇ ਬੱਚੇ ਇੱਥੇ ਨਹੀਂ ਆਉਣਾ ਕੋ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਸੀ ਇਸ ਵੇਲੇ ਕੀ ਬੰਦੇ ਦੇ ਮਨੋਵਸਥਾ ਉਹਦੀ ਕੀ ਹੁੰਦੀ ਆ ਉਹਨੂੰ ਫਿਜ਼ੀਕਲ ਬਿਮਾਰੀਆਂ ਵੀ ਆ ਸਕਦੀਆਂ ਪਰ ਬੱਚੇ ਇੱਥੇ ਨਹੀਂ ਹੁੰਦੇ ਨਾਲ ਇਹ ਤੇਰਾ ਮੇਰੀ ਨੂੰ ਸਪੱਸ਼ਟ 73 ਸਾਲ ਦੀ ਉਮਰ ਹੋ ਗਈ ਹੈ ਗਿਆ ਮੇਰੀ ਮੈਸਜ ਦੀ 2-3 ਸਾਲ ਹੋ ਗਿਆ ਮੌਤ ਹੋ ਗਈ ਸੀ ਤਾਂ ਹੁਣ ਮੇਰੀ ਛੋਟੀ ਲੜਕੀ ਮੇਰੇ ਕੋਲ ਰਹਿੰਦੀ ਹੈਗੀ ਆ ਕਿ ਮੇਰੇ ਕੋਲ ਲੜਕਾ ਕੋਈ ਨਹੀਂ ਹੈਗਾ ਉਹ ਹੀ ਮੇਰੀ ਦੇਖਭਾਲ ਕਰਦੇ ਆ ਤੇ ਜਿਹੜੇ ਹੁਣ ਬਾਹਰ ਇੰਗਲੈਂਡ ਕੈਨੇਡਾ ਚੱਲ ਗਏ ਆ ਉਹ ਹੁਣ ਸਾਡੇ ਪੈਂਡ ਦੇ ਵਿੱਚ 65% ਘਰ ਜਿਹੜੇ ਇੰਗਲੈਂਡ ਦੀਆਂ ਕੋਠੀਆਂ ਬਣੀਆਂ ਕੈਨੇਡਾ ਆਫੀ ਬਣੀਆਂ 65% ਦੀ ਖਾਲੀ ਪਈਆਂ ਜਿਨ੍ਹਾਂ ਨੂੰ ਕੋਈ ਨਾ ਕੋਈ ਬੰਦਾ ਰੱਖਣਾ ਪੈਂਦਾ ਜਾਂ ਉੱਥੇ ਕੋਈ ਨਾ ਕੋਈ ਫਿਰ ਉਹਨਾਂ ਦਾ ਸਮਾਨ ਚੋਰੀ ਕਰਕੇ ਵਾਸਤੇ ਮੂਲ ਚਾਂਦੀ ਸਾਡੇ ਨਾਲ ਨੇ ਸਿੱਖਿਆ ਨਾਲ ਜੁੜੇ ਰਹੇ ਆ ਹੈਡਮਾਸਟਰ ਔਰ ਟ੍ਰੇਡ ਯੂਨੀਅਨਸਟ ਵੀ ਰਹੇ ਹੈਗੇ ਆ ਹੈਡਮਾਸਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਖਾਸ ਤੌਰ ਤੇ ਸਿੱਖਿਆ ਨਾਲ ਜੁੜੇ ਆ ਪਰ ਅੱਜ ਜਦੋਂ ਤੁਸੀਂ ਹਾਲਾਤ ਦੇਖਦੇ ਇੱਥੇ ਕੋਈ ਰਹਿ ਕੇ ਰਾਜੀ ਨਹੀਂ ਅਸਲ ਵਿੱਚ ਇਸ ਤਰ੍ਹਾਂ ਆ ਜੀ ਪਈ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਕਿ ਜੇ ਬੱਚਾ ਕੋਈ 10ਵੀਂ ਕਰ ਜਾਂਦਾ ਸੀ ਜਦੋਂ ਸਾਡੇ ਮੇਲੇ ਦੇ ਤਾਂ ਲੋਕ ਬੜੇ ਖੁਸ਼ ਹੁੰਦੇ ਸੀ ਵੀ ਸਾਡੇ ਬੱਚ ਨੇ 10ਵੀਂ ਪਾਸ ਕਰ ਲਈ ਆ ਤੇ ਉਹਨੂੰ ਨੌਕਰੀ ਮਿਲ ਜਾਂਦੀ ਸੀ ਜਾਂ ਛੋਟਾ ਮੋਟਾ ਕੋਈ ਕੋਰਸ ਕਰਕੇ ਨੌਕਰੀ ਮਿਲ ਜਾਂਦੀ ਸੀ ਅੱਜ ਹੁਣ ਹਾਲਤ ਇਹ ਆ ਕਿ ਇੰਜੀਨੀਅਰਿੰਗ ਕਰਕੇ ਡਾਕਟਰੀਆਂ ਕਰਕੇ ਜਾਂ ਇਸ ਤੋਂ ਵੀ ਹੋਰ ਇਦਾਂ ਦੀਆਂ ਡਿਗਰੀਆਂ ਕਰਕੇ ਉਹ ਬੇਲੇ ਫਿਰਦੇ ਆ ਉਹਨਾਂ ਨੂੰ ਕੋਈ ਉਹਨਾਂ ਦਾ ਭਵਿੱਖ ਨਹੀਂ ਹੁੰਦਾ ਨੌਕਰੀ ਮਿਲਦੀ ਨਹੀਂ ਮੇਰੇ ਖਿਆਲ ਹੈ 5-7 ਸਾਲ ਹੋ ਗਿਆ ਅਸਮ ਤੱਕ ਕੋਈ ਨਮਾ ਕਿਸੇ ਨੂੰ ਨੌਕਰੀ ਮਿਲਦੀ ਦਿਸਦੀ ਨਹੀਂ ਇਹ ਸਰਾਲੀ ਜੇ ਦੇਖਿਆ ਜਾਵੇ ਇਸ ਵੇਲੇ ਕੋਈ ਹੈ ਇੱਥੇ ਸਰਵੇ ਕਿੰਨੇ ਬੱਚੇ ਬਾਹਰ ਹੋਣਗੇ ਸਰਾਲੀ ਦੇ ਮੇਰਾ ਕਹਿਆ ਲੈ ਹਰੇਕ ਡੱਬੇ ਦੇ ਵਿੱਚੋਂ ਜਿਹੜਾ ਵੀ ਬੱਚਾ ਪਲੱਸ 2 ਕਰਦਾ ਹੈ ਉਹ ਹਾਈਲਾਈਟ ਕਰਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਚਲੇ ਜਾਂਦੇ ਹਾਂ ਜੀ ਤਕਰੀਬਨ ਬਹੁਤ ਘੱਟ ਹੈ ਇੱਥੇ ਆ ਤੁਸੀਂ ਦੇਖ ਹੀ ਲਿਆ ਭਈ ਆ ਜਿਹੜੇ ਬੱਚੇ ਹੁਣ ਇੱਥੇ ਪੜ੍ਹਦੇ ਆ ਉਹੀ ਇੱਥੇ ਹੋਣਗੇ ਨਹੀਂ ਤਾਂ ਸਾਰੇ ਬਾਹਰ ਹੀ ਸਰਤਾਸ ਸਿੰਘ ਜੀ ਤੁਹਾਡਾ ਬੇਟਾ ਜਿਹੜਾ ਆ ਉਹ ਟੈਕਨੀਕਲ ਸੀਗਾ ਕੰਪਿਊਟਰ ਦੀ ਜਾਣਕਾਰੀ ਉਹਨੇ ਵਿਦਿਆ ਲਈ ਫਿਰ ਵੀ ਉਹ ਬਾਹਰ ਗਿਆ ਮੇਰੇ ਬੇਟੇ ਦੇ ਕੋਲ ਚਾਰ ਡਿਗਰੀਆਂ ਸੀਗੀਆਂ ਉਹਨੂੰ ਇੱਥੇ ਪੰਜਾਬ ਦੇ ਵਿੱਚ ਨੌਕਰੀ ਨਹੀਂ ਮਿਲੀ ਦਿੱਲੀ ਵੀ ਗਿਆ ਉਹ ਇੰਟਰਵਿਊ ਦੇ ਗਿਆ ਕੋਈ ਨੌਕਰੀ ਨਹੀਂ ਮਿਲੀ ਉਹ ਇਸ ਕਰਕੇ ਫੇਰ ਬਾਹਰ ਜਾ ਕੇ ਸੈਟਿੰਗ ਹੋਇਆ ਨਾ ਸਾਨੂੰ ਲੱਗਦਾ ਸਿਰਫ ਨੌਕਰੀਆਂ ਨਾ ਮਿਲਣ ਨੌਕਰੀਆਂ ਨਾ ਮਿਲਣ ਕਰਕੇ ਬੱਚੇ ਬਾਹਰ ਤੁਰੇ ਜਾਂਦੇ ਆ ਰਾਜ ਜੀ ਕੀ ਕਾਰਨ ਹੋਊਗਾ ਇਹ ਨੌਕਰੀਆਂ ਜਾਂ ਸਾਡੇ ਸਿਸਟਮ ਤੋਂ ਐਂਟੀ ਹੋ ਜਾਂਦੇ ਜੀ ਨਹੀਂ ਇਹ ਜੋ ਸਿਸਟਮ ਹਲਾ ਚੱਲ ਰਿਹਾ ਹੈ ਹਾਲਾਤਾਂ ਦੇ ਹਿਸਾਬ ਨਾਲ ਜੇ ਸਰ ਜੀ ਗੱਲ ਕਰੀਏ ਤਾਂ ਤੁਸੀਂ ਦੇਖ ਲਓ ਵੀ ਪੰਜਾਬ 'ਚ ਪਿਛਲੇ ਕਾਫੀ ਸਮੇਂ ਤੋਂ ਅਸੀਂ ਕੋਈ ਨਵੀਂ ਇੰਡਸਟਰੀ ਲੱਗਦੀ ਨਹੀਂ ਦੇਖੀ ਹੂੰ ਤੇ ਕੋਈ ਨਵੀਂ ਇੰਡਸਟਰੀ ਤੇ ਕੀ ਹੋਣੀ ਜਿਹੜੀਆਂ ਪੁਰਾਣੀਆਂ ਇੰਡਸਟਰੀਆਂ ਤਕਰੀਬਨ ਉਹ ਕਾਈਆਂ ਜਿਹੜੀਆਂ ਉਹ ਵੀ ਬੰਦ ਹੋਈ ਜਾਂਦੀਆਂ ਸਵਾਏ ਆਪਣੇ ਸੋਨਾ ਲੀਕਾ ਦੇ ਅਸੀਂ ਇੱਥੇ ਪੰਜਾਬ ਵਿੱਚ ਕੋਈ ਉਕਾਈ ਸੁਣੀ ਨਹੀਂ ਕਿ ਜਿਹਦੇ ਵਿੱਚ ਕੋਈ ਬੰਦਾ ਇੰਜੀਨੀਅਰਿੰਗ ਕਰਨ ਤੋਂ ਬਾਅਦ ਕਿਤੇ ਪਾਸੇ ਸੈਟਿੰਗ ਹੋ ਗਈ ਹੈ ਨਾ ਤੇ ਉਹ ਇਸ ਕਰਕੇ ਜੇ ਸਾਨੂੰ ਪੰਜਾਬ ਹੁਣ ਕੋਈ ਬੰਦਾ ਡਿਗਰੀ ਕਰਕੇ ਨਿਕਲਦਾ ਵੀ ਆ ਤੇ ਉਹ ਜੇ ਕਰਨਗੇ ਆਪਣੀ ਡਿਗਰੀ ਤੇ ਨੌਕਰੀ ਲਈ ਅਪਲਾਈ ਉਹਨਾਂ ਨੂੰ ਬਾਕੀ ਸਟੇਟ ਦੇ ਵਿੱਚ ਜਾਣਾ ਪੈਂਦਾ ਹੈ ਤੇ ਬਾਕੀ ਸਟੇਟ ਦੇ ਵਿੱਚ ਜਾਣ ਨਾਲੋਂ ਅਗਲਾ ਸੋਚਦਾ ਵੀ ਐਡੀ ਦੂਰ ਰਹਿਣਾ ਹੀ ਹੈ ਤਾਂ ਕਿਉਂ ਨਾ ਫੇਰ ਪ੍ਰਦੇਸਾਂ ਦਾ ਯਰ ਰੋਕੀ ਤਾ ਜਾਵੇ ਤੁਸੀਂ ਸੁਣਿਆ ਤੁਸੀਂ ਇੰਜ ਵੱਲ ਇੰਟਰਸਟਡ ਹੋਣਾ ਤੇ ਇੱਥੇ ਰਹਿ ਕੇ ਇੰਜੀਨੀਅਰਿੰਗ ਕਰਕੇ ਬਾਹਰ ਜਾਣਾ ਚਾਹੁੰਦੇ ਹੋ ਜੀ ਹਾਂਜੀ ਅਸੀਂ ਇੱਥੇ ਚਾਹੁੰਦੇ ਹਾਂ ਕਿ ਅਸੀਂ ਇੱਥੇ ਰਹੀਏ ਤਾਂ ਕਿਉਂਕਿ ਮੇਰੇ ਸਾਰੇ ਦੋਸਤ ਬਾਕੀ ਬਾਹਰ ਚਲੇ ਗਏ ਉਹਨਾਂ ਦਾ ਇਹ ਕਹਿਣਾ ਆ ਕਿ ਇੱਥੇ ਬਹੁਤ ਹੀ ਹਾਈ ਲੈਵਲ ਦੀਆਂ ਡਿਗਰੀਆਂ ਕਰਕੇ ਵੀ ਨੌਕਰੀ ਨਹੀਂ ਮਿਲਦੀ ਤੇ ਉਹਨਾਂ ਦੇ ਪੈਸਾ ਜਿਹੜਾ ਖਰਾਬ ਹੁੰਦਾ ਹੈ ਕਿਉਂਕਿ ਤੁਸੀਂ ਦੇਖ ਹੀ ਸਕਦੇ ਹੋ ਇੰਜੀਨੀਅਰਿੰਗ ਕਰਕੇ ਡਾਕਟਰੀ ਕਰਕੇ ਵੀ ਨਿਆਣੇ ਇੱਥੇ ਉਦੇ ਤੁਰੇ ਫਿਰਦੇ ਆ ਕੋਈ ਨੌਕਰੀ ਨਹੀਂ ਮਿਲ ਰਹੀ ਤੇ ਨੌਕਰੀ ਮਿਲਦੀ ਵੀ ਤਾਂ ਆਊਟ ਆਫ ਸਟੇਟ ਮਿਲਦੀ ਆ ਤੇ ਇਸ ਲਈ ਕੋਈ ਚਾਹੁੰਦਾ ਨਹੀਂ ਕਿ ਅਸੀਂ ਇੱਥੇ ਪੜ੍ਹਾਈ ਕਰੀਏ ਤੇ ਸਾਰੇ ਬਾਹਰ ਹੀ ਜਾਣਾ ਚਾਹੁੰਦੇ ਆ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਜੇ ਸਰਹਾਲੀ ਪਿੰਡ ਦੀ ਗੱਲ ਕਰੀਏ ਤੇ ਕਿਹਾ ਕਿ 65% ਜਿਹੜੇ ਘਰ ਹੈਗੇ ਆ ਉਹ ਉਹਨਾਂ ਵਿੱਚ ਜਿਹੜੇ ਬੱਚੇ ਆ ਬਾਹਰ ਹੋ ਗਏ ਆ ਮੈਂ ਤਾਂ ਚਨਾ ਸਾਹਿਬ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ 65% ਤੋਂ ਵੀ ਆਪਾਂ ਬਤਾ ਸਕਦੇ ਹਾਂ ਜਿਹੜੇ ਸਾਡੇ ਜਨਰਲ ਵਰਗ ਦੇ ਹੋ ਤਾਂ ਆਪਾਂ 80 ਤੋਂ 90 ਹੀ ਕਹਿ ਸਕਦੇ 80 ਤੋਂ 90 ਨਹੀਂ ਹੋਣਗੇ ਬੱਚੇ ਇੱਥੇ 80 ਤੋਂ 90% ਬਾਹਰ ਚਲੇਗਾ ਜਨਰਲ ਵਰਗ ਦੇ ਦਾ ਖਾਸ ਕਰਕੇ ਜਿੰਨੀਆਂ ਕੁਥੀਆਂ ਤੁਸੀਂ ਦੋਸਤਾਂ ਜਾਓ ਹਾਂ ਦਾ ਐਡਾ ਵੱਡਾ ਪਿੰਡ ਆ ਤੁਹਾਨੂੰ ਪਾ ਪਾ ਨਹੀਂ ਕਰਦਾ ਰਾਤ ਨੂੰ ਖੁਰਬਲ ਦੀ ਹੁੰਦੀ ਕੋਈ ਦੇਖੋ ਹੁੰਦੀ ਤਾਂ ਹੁੰਦੀ ਤਾਂ ਜ਼ਰੂਰ ਹੈ ਪਰ ਬੱਚਿਆਂ ਦੇ ਜਦੋਂ ਪੁਵੈਖਲਾਂ ਦੇਖਦੇ ਆ ਇੱਥੇ ਤੁਸੀਂ ਕਿਸੇ ਦਫ਼ਤਰਾਂ ਚਲ ਜਾਓ ਕਿੱਥੇ ਮਰਜੀ ਚਲੇ ਜਾਓ ਹਾਂ ਸਭ ਤੋਂ ਵੱਡੀ ਸਾਡੇ ਪੰਜਾਬ ਨੂੰ ਰਿਸ਼ਵਤ ਨੇ ਸਾਨੂੰ ਮਾਰਿਆ ਜੀ ਜਿੰਨਾ ਚਿਰ ਇਹ ਰੈਸ਼ਵਤ ਦਾ ਉਨਾ ਚਿਰ ਖੂਰਾ ਲੱਗਾ ਹੈ ਨਾ ਉਨਾ ਚਿਰ ਸਾਡੇ ਪੰਜਾਬ ਦਾ ਚਾਹੇ ਸਾਡੇ ਹਿੰਦੁਸਤਾਨ ਦਾ ਭਲਾ ਨਹੀਂ ਹੋ ਸਕਦਾ ਕੋਈ ਕੋ ਬੱਚਿਆਂ ਨੂੰ ਬਾਹਰ ਜਾਂਦੇ ਆ ਉੱਥੇ ਕਿਦੋਂ ਦੋ-ਤਿੰਨ ਸਾਲ ਬਾਅਦ ਜਦੋਂ ਸਰਹਾਲੀ ਪਿੰਡ 'ਚ ਬੱਚੇ ਨਹੀਂ ਬਚੂਗੇ ਫਿਰ ਕੀ ਹੋਊਗਾ ਜੀ ਜੇ ਨੌਜਵਾਨ ਪੀੜ੍ਹੀ ਨਹੀਂ ਬਚੂਗੀ ਫਿਰ ਕੀ ਹੋਊਗਾ ਉਹ ਤਾਂ ਗੱਲ ਤੁਹਾਡੀ ਸਹੀ ਹੈ ਜੀ ਹਰ ਇੱਕ ਨੂੰ ਬੱਚਿਆਂ ਨਾਲ ਤਾਂ ਆਪਾਂ ਹਰ ਬੰਦੇ ਦਾ ਮੋਹ ਬੱਚਿਆਂ ਨਾਲ ਹੁੰਦਾ ਪਰ ਬੱਚਿਆਂ ਨੂੰ ਵਿਦੇਸ਼ ਭੇਜਣਾ ਵੀ ਇੱਕ ਸਾਡੀ ਹਰ ਇੱਕ ਦੀ ਮਜਬੂਰੀ ਬਣੀ ਆ ਕਿਹੜਾ ਬੰਦਾ ਚਾਹੁੰਦਾ ਕਿ ਮੈਂ ਬੱਚਿਆਂ ਤੋਂ ਬਿਨਾਂ ਰਾਤ ਨੂੰ ਕੱਲਾ ਸੋਵਾਂ ਹਾਂ ਹਰ ਬੰਦੇ ਦਾ ਮਨ ਹੈ ਕਿ ਸਾਡੇ ਨਾਲ ਬੱਚੇ ਹੋ ਪਰ ਬੱਚਿਆਂ ਨੂੰ ਇੱਥੇ ਰੱਖ ਕੇ ਵੀ ਸਾਨੂੰ ਉਦਾਂ ਡਰ ਲੱਗਦਾ ਵੀ ਬੱਚੇ ਰਾਤ ਨੂੰ ਲੇਟ ਆਉਣ ਜਦੋਂ ਬਾਹਰ ਦੋਸਤਾਂ ਮਤਰਾ ਨਾਲ ਫਿਰਦੇ ਆ ਕੋਈ ਜਦੋਂ ਉਹਨਾਂ ਨੂੰ ਕੰਮ ਹੈ ਨਹੀਂ ਦਿਨ ਨੂੰ ਵਿਹਲੇ ਆ ਉਹ ਕੰਮ ਉਹਨਾਂ ਨੂੰ ਹੋਵੇ ਤੇ ਉਹਨਾਂ ਨੂੰ ਪਤਾ ਵੀ 8 ਤੋਂ 5 ਅਸੀਂ ਨੌਕਰੀ ਕਰਨੀ ਆ ਉਹਨਾਂ ਨੌਕਰੀ ਤੇ ਜਾਣਗੇ ਨੌਕਰੀ ਤੋਂ ਆਉਣ ਪਰ ਸਾਡੇ ਸਿਸਟਮ ਦੇ ਵਾ ਸਾਨੂੰ ਕਿਸੇ ਨੂੰ ਕੋਈ ਨੌਕਰੀ ਮਿਲ ਨਹੀਂ ਰਹੀ ਉਹਦੇ ਕਰਕੇ ਸਾਨੂੰ ਮਜਬੂਰਨ ਲੱਖਾਂ ਰੁਪਈਆ ਲੱਗਦਾ ਤੁਹਾਨੂੰ ਪਤਾ ਬਾਹਰ ਜਾਣ ਦੇ ਕੋਈ 2 4 10000 ਦੀ ਗੇਮ ਤਾਂ ਹੈ ਨਹੀਂ ਕਿਹੜਾ ਬੰਦਾ ਆਪਣੀਆਂ ਜ਼ਮੀਨਾਂ ਵੇਚ ਕੇ ਚਾਹੁੰਦਾ ਕਿ ਮੈਂ ਬਾਹਰ ਜਾ ਕੇ ਦੂਸਰੇ ਮਾਲਕ ਦੇ ਵਿੱਚ ਜਾ ਕੇ ਪਰ ਉੱਥੇ ਗੁਲਾਮੀ ਵੀ ਸਾਡੇ ਲਈ ਚੰਗੀ ਆ ਇੱਥੇ ਨਾਲੋਂ ਰਹਿਣ ਹੂੰ ਮਤਲਬ ਉੱਥੇ ਗੁਲਾਮੀ ਕਰਨੀ ਠੀਕ ਆ ਨੇਕ ਅਸੀਂ ਅਸੀਂ ਠੀਕ ਨਹੀਂ ਆਵਾਂਦੇ ਅਸੀਂ ਗੁਲਾਮੀ ਖਾਤਰ ਗੁਲਾਮੀ ਖਾਤਰ ਤਾਂ ਅਸੀਂ ਜਾ ਰਹੇ ਹਾਂ ਗੁਲਾਮੀ ਖਾਤਰ ਤਾਂ ਲੋਕਾਂ ਨੇ ਕਰਵਾਨੀਆਂ ਕੀਤੀਆਂ ਪਰ ਅੱਜ ਅਸੀਂ ਫੇਰ ਉਸੇ ਗੁਲਾਮੀ ਜਾ ਰਹੇ ਹਾਂ ਗੁਲਾਮੀ ਵਿੱਚ ਜਾ ਰਹੇ ਹਾਂ ਜਾ ਰਹੇ ਹਾਂ ਤਾਂ ਉਹ ਸਾਡੇ ਜਦ ਇੱਥੇ ਸਾਡੇ ਕੋਲ ਕੁਝ ਹੈ ਨਹੀਂ ਤਾਂ ਅਸੀਂ ਦੂਸਰੇ ਮਾਲਕ ਨੂੰ ਤਾਂ ਭੱਜਣਾ ਹੀ ਪੈਣਾ ਸਾਨੂੰ ਵਰਗੜ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਜੁੜੇ ਆ ਪਿੰਡ ਦੇ ਨਾਲ ਜੋ ਪਿੰਡ ਦੇ ਹਾਲਾਤ ਆ ਕਾਫੀ ਸਾਲ ਪਹਿਲਾਂ ਹੀ ਇੱਥੋਂ ਲੋਕ ਬਾਹਰ ਜਾਣੇ ਸ਼ੁਰੂ ਹੋ ਗਏ ਸੀ ਪਰ ਹੁਣ ਨੌਜਵਾਨ ਪੀੜ੍ਹੀ ਸਾਰੀ ਖਾਲੀ ਹੋ ਰਹੀ ਐ ਇਹ ਤਾਂ ਜੀ ਸਾਰਿਆਂ ਤੋਂ ਤੁਸੀਂ ਸਾਰਿਆਂ ਤੋਂ ਆਪਾਂ ਉਹ ਵਿਚਾਰ ਸੁਣ ਲੈ ਜਦੋਂ ਇੱਥੇ ਪੜ ਲੈ ਕੇ ਕੋਈ ਜੋਬ ਨਹੀਂ ਹੈਗੀ ਕੋਈ ਨੌਕਰੀ ਹੈ ਨਹੀਂ ਤਾਂ ਫਿਰ ਅਸੀਂ ਇੱਥੇ ਰਹਿ ਕੇ ਬੱਚਾ ਕੋਈ ਖੁਸ਼ੀ ਨਹੀਂ ਹੈਗਾ ਜਦੋਂ ਅਸੀਂ ਸਿਆਣੇ ਹੋ ਜਾਂਦੇ ਆ ਸਾਡੀ ਉਮਰ ਵੀ ਹੋ ਗਈ ਆ ਮੇਰੀਆਂ ਦੋ ਬੇਟੀਆਂ ਦੋ ਦੋੇ ਬਾਹਰ ਆ ਹੁਣ ਮੈਨ ਮੈਂ ਆ ਬੜੀ ਆਖਰੀ ਉਮਰ ਸੋਚਦਾ ਮੈਂ ਕਿੱਥੇ ਰਹਿਣਾ ਪਰ ਮੇਰੇ ਵਾਸਤੇ ਬੜੀ ਬੜੀ ਮੁਸ਼ਕਲ ਬਣ ਗਈ ਕਿਉਂ ਨਾ ਉਹ ਇੱਥੇ ਵਾਸਤੇ ਕੋਈ ਜੋਬ ਨਹੀਂ ਸੀ ਇਸ ਕਰਕੇ ਸਾਰੇ ਬੱਚੇ ਪੜ੍ਹਾਈ ਦੇ ਤੌਰ ਤੇ ਬਾਹਰ ਜਾ ਕੇ ਸੈਟਲ ਹੋ ਰਹੇ ਆ ਉਥੇ 8-10 ਸਾਲ ਦੇ ਵਿੱਚ ਬੰਦਾ ਕੰਮ ਕਰਕੇ ਇੱਥੇ ਚੰਗੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਵਾਲਿਆਂ ਨੂੰ ਸਿੰਗਲ ਕੰਮ ਕਰਕੇ ਉਹ ਕਾਮਯਾਬ ਹੋ ਜਾਂਦਾ ਹਾਂ ਜਾਂਦਾ ਹੋਏ ਹਾਂ ਸਰਹਾਲੀ ਪਿੰਡ ਦੇ ਵਿੱਚ ਟਾਕ ਸੀ ਸਾਡੀ ਔਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡਾ ਪਿੰਡ ਹੈ 4000 ਤੋਂ ਉੱਪਰ ਵਾਦੀ ਹੈ ਪਰ ਅੱਜ ਹਾਲਾਤ ਇਹ ਹੈ ਕਿ ਇੱਥੋਂ ਦੀ ਨੌਜਵਾਨ ਪੀੜ੍ਹੀ ਪਿੰਡ ਦੇ ਵਿੱਚ ਦੀ بجائے ਬਾਹਰ ਨੂੰ ਤਰਜੀਹ ਦੇ ਰਹੀ ਹੈ ਤੇ ਉਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇੱਥੇ ਨੌਕਰੀਆਂ ਦੀ ਘਾਟ ਹੈ ਔਰ ਖਾਸ ਤੌਰ ਤੇ ਜੇ ਦੇਖਿਆ ਜਾਵੇ ਤਾਂ ਕੋਈ ਵੱਡੇ ਅਫਸਰ ਨਹੀਂ ਜਿਹਦੇ ਨਾਲ ਨੌਜਵਾਨ ਇੱਥੇ ਰਹਿ ਸਕਣ ਹਾਲਾਂਕਿ ਇਹ ਵੱਡਾ ਦੁਖਾਂਤ ਹੈ ਕਿ ਇੱਥੋਂ ਦੇ ਬਜ਼ੁਰਗ ਹੁਣ ਕੀ ਕਰਨਗੇ ਜਦੋਂ ਉਹਨਾਂ ਨੂੰ ਕੋਈ ਹੈਲਥ ਦੀਆਂ ਸਮੱਸਿਆਵਾਂ ਆਣ ਗਈਆਂ ਤਾਂ ਉਹ ਕੀ ਕਰਨਗੇ ਆਪਣੇ ਆਪ ਦੇ ਵਿੱਚ ਦੇਖਣ ਵਾਲੀ ਗੱਲ ਹੈ ਹੁਣ ਦੇਖਣਾ ਇਹ ਹੈ ਕਿ ਕੀ ਸਰਕਾਰਾਂ ਇਸ ਅਹਿਮ ਮੁੱਦੇ ਤੇ ਨਜ਼ਰਸਾਨੀ ਕਰਦੀਆਂ ਨੇ ਜਾਂ ਫਿਰ ਇਹ ਸੰਕਟ ਦਿਨੋ ਦਿਨ ਵਧਦਾ ਰਹੇਗਾ ਕੈਮਰਾਮੈਨ ਰਕੇਸ਼ ਨਾਲ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ